ਦੋ ਸੂਬਿਆਂ ਦੀ ਚੋਣਾਂ ਦਾ ਕੰਮ ਨਿਭੜਿਆ ਨਤੀਜੇ ਸਾਹਮਣੇ ਆ ਗਏ ਸਰਕਾਰਾਂ ਬਣ ਜਾਣੀਆਂ ਪਰ ਹਮੇਸ਼ਾ ਆਮ ਆਦਮੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਨੂੰ ਇਹ ਸਹਿਣਾ ਪਿਆ ਤੰਜ ਕਸੇ ਵਿਰੋਧੀ ਸਿਆਸੀਆਂ ਨੇ ਕਿ ਗੁਜਰਾਤ ਡੇਰਾ ਲਾਈ ਬੈਠੇ ਹੋ ਪੰਜਾਬ ਵੀ ਵੇਖ ਲਓ ਪੰਜਾਬ ਦੇ ਵਿੱਚ ਲਗਾਤਾਰ ਕਤਲ ਹੋਏ ਕ੍ਰਾਈਮ ਵਧਿਆ ਹੁਣ ਇੱਕ ਕਤਲ ਹੋਰ ਹੋ ਗਿਆ ਕਪੜਾ ਵਪਾਰੀ ਦਾ ਹੁਣ ਉਹ ਜਿਸ ਕਤਲ ਕੀਤਾ ਗਿਆ ਇਸ ਦੇ ਨਾਲ ਇੱਕ ਗਨਮੈਨ ਵੀ ਮਾਰਿਆ ਗਿਆ ਇਹ ਸਾਰੇ ਮਸਲੇ ਨੂੰ ਨਿਪਟਣ ਦੇ ਲਈ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਲੀਡਰਸ਼ਿਪ ਦੀ ਜਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਿੰਮੇਵਾਰੀ ਆ ਉਹ ਨਿਭਾਉਣ ਦੇ ਵਿੱਚ ਕਿਤੇ ਨਾ ਕਿਤੇ ਫੇਲੀਅਰ ਨਜ਼ਰ ਆਉਂਦਾ ਤੇ ਲਗਾਤਾਰ ਮੌਕਾ ਮਿਲ ਰਿਹਾ ਸਿਆਸੀ ਵਿਰੋਧੀਆਂ ਨੂੰ ਔਰ ਘੇਰ ਲੈਂਦੇ ਆਮ ਆਦਮੀ ਪਾਰਟੀ ਬਿਲਕੁਲ ਸੰਦੀਪ ਜਵਾਬ ਮੈਂ ਬਾਅਦ ਚੱਲਦਾ ਮੈਂ ਪਹਿਲੇ ਇੱਕ ਹੋਰ ਗੱਲ ਹੈ ਕਿ ਪੰਜਾਬ ਜਿੰਤਨ ਤੋਂ ਬਾਅਦ ਜਿਹੜੇ ਆਮ ਆਦਮੀ ਪਾਰਟੀ ਦੇ ਹੌਸਲੇ ਵਧੇ ਸੀ ਨਾ ਕਿ ਰਾਗਵ ਚੱਡੇ ਨੂੰ ਪੰਜਾਬ ਚ ਪੂਰੀ ਇੰਡੀਆ ਚ ਕਹਿੰਦੇ ਕਿ ਪੰਜਾਬ ਦਾ ਸੁਪਰ ਸੀਮਨ ਉਹਨੂੰ ਦਵਤ ਦੇ ਵਿੱਚ ਓਕੇ ਗੁਜਰਾਤ ਲੈ ਕੇ ਕਿ ਪਤਾ ਨਹੀਂ ਇੱਥੇ ਜੇ ਸੰਜੀਵਨੀ ਬੂਟੀ ਕਿਉਂਕਿ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਨਹੀਂ ਜਿੱਤੀ ਸੀ ਇਥੇ ਕਾਂਗਰਸ ਤੇ ਕਾਲੀ ਦਲ ਹਾਰ ਰਿਹਾ ਸੀ ਪਰ ਇਹਨਾਂ ਨੂੰ ਲੱਗਾ ਚਲੋ ਠੀਕ ਅੱਛੀ ਗੱਲ ਹੈ ਖੁਆਬ ਤੇ ਲੈਣੇ ਚਾਹੀਦੇ ਗੁਜਰਾਤ ਲੜੇ ਜਾ ਕੇ ਪਰ ਉਥੇ ਜਿੱਤ ਨਸੀਬ ਨਹੀਂ ਹੋਈ ਰਵਿੰਦ ਕੇਜਰੀਵਾਲ ਨੇ ਜਿਵੇਂ ਇੱਥੇ ਨਹੀਂ ਸੀ ਬੋਲਦਾ ਗਿਆ ਹਰ ਚੈਨਲ ਤੇ ਜਾ ਕੇ ਬੋਲ ਦਿੰਦੇ ਸੀ ਲਿਖ ਕੇ ਦਿੰਦੇ ਸੀ ਉਹ ਇਸ ਵਾਰ ਉਹਦਾ ਤੁੱਕਾ ਨਹੀਂ ਚੱਲਿਆ ਹੈ ਨਾ ਮਤਲਬ ਤੁਸੀਂ ਇੱਕ ਪੋਲਿਟਿਸ਼ੀਨ ਹੋ ਇੱਕ ਆਫੀਸਰ ਹੋ ਆਫੀਸਰ ਤੋਂ ਬਾਈਕ ਪੋਲਿਟਿਸ਼ੀਨ ਬਣ ਗਏ ਤੁਸੀਂ ਜੋਤਸ਼ੀ ਨਹੀਂ ਹੋ ਔਰ ਇੱਥੇ ਤੇ ਜੋਤਸ਼ੀ ਵੀ ਫੇਲ ਹੋਏ ਨੇ ਜੇ ਜੋਸੀ ਚੰਗੇ ਨੂੰ ਉਹਨਾਂ ਦੇ ਆਪਣੇ ਘਰ ਨਾਲ ਚੱਲ ਜਾਣਾ ਪਰ ਉਹਨਾਂ ਲੱਗਦਾ ਕਿ ਮੈਂਟਲ ਗੇਮ ਖੇਡੀ ਸੀ ਜਿੱਤ ਅਮਿਤ ਸ਼ਾਹ ਮੈਂਟਲ ਗੇਮ ਖੇਡਦਾ ਸੀ ਨਾ ਪਹਿਲਾਂ 303 ਦਾ ਟਾਰਗੇਟ ਦੇ ਦੇ ਤੁਸੀਂ ਹਰਿਆਣਾ ਆਏ ਅਗਰ 85 ਦਾ ਟਾਰਗੇਟ ਤੇ ਇੱਕ ਮੈਂਟਲ ਗੇਮ ਸੀ ਹੁਣ ਰਹੀ ਗੱਲ ਪੰਜਾਬ ਦੀ ਦੇਖੋ ਕਾਨੂੰਨ ਵਿਵਸਥਾ ਤੇ ਵਿਗੜ ਰਹੀ ਹੈਗੀ ਆ ਉਹ ਉਹ ਬੜੀ ਸਰਕਾਰ ਇਸ ਪਾਸੋਂ ਧਿਆਨ ਨਹੀਂ ਦੇ ਰਹੀ ਹੈਗੀ ਹੁਣ ਨਵੇਂ-ਨਵੇਂ ਪੰਗੇ ਲੈ ਰਹੇ ਨੇ ਸਰਕਾਰ ਮੈਰਿਜ ਪੈਲਸਾਂ ਦੇ ਬਾਹਰ ਪੁਲਿਸ ਖੜੀ ਕਰ ਦਿੱਤੀ ਹੈਗੀ ਠੀਕ ਹੈ ਜੀ ਉਹਨਾਂ ਨੂੰ ਇਹਨਾਂ ਨੇ ਬਣਾ ਦਿੱਤਾ ਹੈਗਾ ਇੱਕ ਨਵੀਂ ਦੁਕਾਨ ਖੋਲ ਦਿੱਤੀ ਆ ਗਿਆ ਠੀਕ ਹੈ ਮੈਂ ਕਹਿੰਦਾ दारू ਪੀ ਕੇ ਗੱਡੀ ਨਹੀਂ ਚਲਾਉਣੀ ਚਾਹੀਦੀ ਪਰ ਉਹਨਾਂ ਨੂੰ ਹੁਣ ਇੱਕ ਡੀਐਸਪੀ ਵੀ ਹੁਣ ਇੱਕ ਡੀਐਸਪੀ ਹੁਣ ਪੈਲਸਾਂ ਦੇ ਬਾਹਰ ਖੜਾ ਚੰਗਾ ਲੱਗਦਾ ਹੈਗਾ ਲੋਕਾਂ ਨੂੰ ਡਰ ਹੋਣਾ ਚਾਹੀਦਾ ਖੌਫ ਹੋਣਾ ਚਾਹੀਦਾ ਲੇਕਿਨ ਇਹ ਨਹੀਂ ਕਿ ਤੁਸੀਂ ਉੱਥੇ दारू ਪੀਂਦੇ ਬੰਦਾ ਕਹੂਗਾ ਇਹ दारू ਪੀਆ ਉਹ ਕਹਿੰਦਾ ਮੈਂ ਗੱਡੀ ਪਿੱਛੇ ਵਾਲਾ 4 ਘੰਟੇ ਬਾਅਦ ਉਤਰ ਜੂਗੀ ਠੀਕ ਹੈ ਉਹ ਇਹ ਉਹਦੇ ਨਾਲ ਕੋਈ ਸੋਲੂਸ਼ਨ ਨਹੀਂ ਹੈ ਮੈਨੂੰ ਲੱਗਦਾ ਹੈ ਉਹ ਅਵੇਅਰਨੈਸ ਭਗਵੰਤ ਮਾਨ ਦੀ ਸਟੇਟਮੈਂਟ ਆ ਗਈ ਲੋਕਾਂ ਨੇ ਮਾਲੀ ਹਾਂ ਵੀ ਭਗਵਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ दारू ਪੀ ਕੇ ਗੱਡੀ ਨਹੀਂ ਚਲਾਉਣੀ ਚਾਹੀਦੀ ਠੀਕ ਹੈ ਇਹਨਾਂ ਬਹੁਤ ਹੁੰਦਾ ਸਿਆਣੇ ਲੋਕਾਂ ਵਾਸਤੇ ਇਹਨਾਂ ਬਹੁਤ ਹੁੰਦਾ ਪਰ ਕਿਉਂਕਿ ਅਸੀਂ ਹਿੰਦੁਸਤਾਨੀ ਆ ਸਾਨੂੰ ਜਿੰਨਾ ਚਿਰ ਡੰਡੇ ਨਾਲ ਪੈਂਡ ਚਾਰ ਢੂਈ ਤੇ ਉਹਨਾਂ ਚਿਰ ਸਾਨੂੰ ਸੁਆਦ ਨਹੀਂ ਆਉਂਦਾ ਨਾ ਇਸ ਕਰਕੇ ਇਹ ਕਰਦਾ ਲੇਕਿਨ ਇਹ ਨਿੱਜੀ ਦਖਲ ਆ ਪੱਕਾ ਲਿ ਗਿਆ ਹੁਣ ਜਿੱਥੇ ਦਾ ਕਾਨੂੰਨ ਵਿਵਸਥਾ ਦਾ ਮਸਲਾ ਹੈਗਾ ਫੋਰਸ ਤੇ ਤੁਸੀਂ ਪੁੱਠੇ ਕੰਮਾਂ ਵਾਸਤੇ ਲਾਤੀ ਬੰਦੇ ਤੁਹਾਡੇ ਸਿਕਿਉਰਟੀ ਦੇ ਵਿੱਚ ਹਾਜ਼ਰੀ ਦੇ ਵਿੱਚ ਮਾਰੇ ਜਾ ਰਹੇ ਨੇ ਸੰਦੀਪ ਉਹ ਜਿਹੜਾ ਸੂਰੀ ਮਰਿਆਗਾ ਆਪਣੀ ਘਰਤੂਤੇ ਕਹਿ ਸਕਦੇ ਕਿ ਉਹਦੀ ਬੋਲਬਾਣੀ ਬਹੁਤ ਮਾੜੀ ਸੀ ਮਰਿਆ ਉਹਦੇ ਨਾਲ ਵੀ ਸਿਕਿਉਰਟੀ ਸੀ ਡੇਰਾ ਪ੍ਰੇਮੀ ਮਰਿਆ ਉਹਨੇ ਵੀ ਗੁਨਾਹ ਵੱਡਾ ਕੀਤਾ ਸੀ ਉਹ ਵੀ ਸਿਕਿਉਰਟੀ ਨਾਲ ਸੀ ਇਹ ਜਿਹੜਾ ਹੁਣ ਉਤੋਂ ਦਾ ਨੂਰ ਮਹਿਲ ਦਾ ਵਪਾਰੀ ਆ ਉਹਨੂੰ ਵਿਚਾਰੇ ਨੂੰ ਮਾਰ ਦਿੱਤਾ ਇਕਲੌਤਾ ਹੈ ਕਿ ਮੀ ਹੈ ਨਾ ਤੇ ਮੈਨੂੰ ਮਾਰਦਾ ਨਾਲ ਉਹ ਜਿਹੜਾ ਗਨਮੈਨ ਮੁੰਡਾ ਉਹ ਵੀ ਚਾਰ ਗੋਲੀਆਂ ਵਜਾਈ ਉਹ ਵੀ ਮਰ ਗਿਆ ਨਾ ਸਰਕਾਰ ਨੂੰ ਹੁਣ ਇੱਧਰ ਧਿਆਨ ਦੇਣਾ ਚਾਹੀਦਾ ਗੁਜਰਾਤ ਬਹੁਤ ਹੋ ਗਿਆ ਮਾਚਲ ਹੋ ਗਿਆ ਦਿੱਲੀ ਹੋ ਗਿਆ ਰੱਬ ਦਾ ਵਾਸਤੇ ਪੰਜਾਬ ਦੀ ਆ ਕੇ ਕਾਨੂੰਨ ਵਿਵਸਥਾ ਸੰਭ ਸੰਭ ਸਭ ਜਸਤਾ ਤੇ ਵੀ ਹੈ ਕਿ ਗਨ ਕਲਚਰ ਨੂੰ ਰੋਕਣ ਦੇ ਲਈ ਨੋਟੀਫਿਕੇਸ਼ਨ ਕੀਤਾ ਗਿਆ ਆਪਾਂ ਵੀ ਉਸ ਗੱਲ ਦਾ ਕਿਹਾ ਕਿ ਇੰਪਲੀਮੈਂਟ ਸਹੀ ਨਹੀਂ ਹੋ ਰਿਹਾ ਤੇ ਸਰਕਾਰ ਨੂੰ ਉਸੇ ਤੇ ਚੱਲਣਾ ਪਿਆ ਤਿੰਨ ਦਿਨ ਦੀ ਮੌਲਤ ਦੇਣੀ ਪਈ ਕਿ ਫੋਟੋਆਂ ਹਟਾ ਦਿਓ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਉਹ ਦੋ ਲਗਾਤਾਰ ਕਤਲ ਹੋਏ ਤੇ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਲੈ ਲੈਨੇ ਆ ਸ਼ਾਇਦ ਕਤਲ ਰ ਕਿਰਵੀ ਕਤਲ ਹੋ ਗਿਆ ਫਿਰ ਠੱਲ ਪਵੇ ਕਿਵੇਂ ਕਦਮ ਕੀ ਚੁੱਕਿਆ ਜਾਵੇ ਤੇ ਕੋਈ ਇਹ ਤਾਂ ਪਹਿਲੀ ਗੱਲ ਸੀ ਪੰਜਾਬ ਸਰਕਾਰ ਦੀ ਬਿਲਕੁਲ ਗਲਤ ਗੱਲ ਸੀ ਕਿ ਲਾਇਸੈਂਸੀ ਹਥਿਆਰਾਂ ਦੇ ਨਾਲ ਕਤਲ ਹੁੰਦੇ ਇਹ ਕਿਹੜਾ ਹਥਿਆਰਾਂ ਦੇ ਨਾਲ ਕਤਲ ਹੋ ਗਿਆ ਲਾਇਸੈਂਸੀ ਗੈਂਗਸਟਰ ਮਰ ਗੈਂਗਸਟਰਾਂ ਤੇ ਪੰਜਾਬ ਪੁਲਿਸ ਦਾ ਕੋਈ ਕੰਟਰੋਲ ਨਹੀਂ ਹੈਗਾ ਜੋ ਮਰਜ਼ੀ ਕੋਸ਼ਿਸ਼ ਕਰ ਲੈਣ ਕਿਉਂਕਿ ਇਹਨਾਂ ਦੀ ਉਹ ਨਹੀਂ ਹੈ ਵਿਜ਼ਨ ਹੀ ਹੈ ਵਿਜ਼ਨ ਦੀ ਬਹੁਤ ਜ਼ਿਆਦਾ ਘਾਟ ਆ ਗੱਲਾਂ ਹਵਾ ਚ ਕਰਦੇ ਨੇ ਫੈਸਲੇ ਇਦਾਂ ਦੇ ਲੈ ਲੈਂਦੇ ਬਾਅਦ ਚ ਇਹਨਾਂ ਨੂੰ 360 ਡਿਗਰੀ ਦੇ ਨਾਲ ਘੁੰਮਣਾ ਪੈਂਦਾ ਵਾਪਸ ਲੈਣਾ ਪੈਂਦਾ ਹੈਗਾ ਪੀ ਗਨ ਕਲਚਰ ਖਤਮ ਕਰਨੀ ਹੈ ਲੋਕਾਂ ਨੂੰ ਤੁਸੀਂ ਹਥਿਆਰ ਨਵੇਂ লাইসেনਸ ਦੇ ਨਹੀਂ ਰਹੇ ਹੈਗੇ ਲੋਕਾਂ ਨੂੰ ਜਮ੍ਹਾਂ ਕਰਵਾਈ ਜਾ ਰਹੇ ਹੈਗੇ ਹੁਣ ਹੋ ਗਿਆ ਮਰਡਰ ਹੋ ਗਿਆ ਹੁਣ ਡੀਜੀਪੀ ਜਵਾਬ ਦੇਣ ਕਿ লাইসেনਸ ਹੀ ਜਿਹੜੇ ਮਾਰ ਕੇ ਗਏ ਨੇ ਉਹਨੂੰ ਵਪਾਰੀ ਨੂੰ ਮਤਲਬ ਇਹਨਾਂ ਨੂੰ ਕੋਈ ਤਜਰਬਾ ਮੈਨੂੰ ਲੱਗਦਾ ਪੰਜਾਬ ਸਰਕਾਰ ਕੋ ਹੱਲੇ ਵੀ ਤਜਰਬੇ ਦੀ ਘਾਟ ਹੈ ਸਿਆਣੀ ਅਫਸਰਾਂ ਦੀ ਘਾਟ ਗੱਲਾਂ ਉਹ ਕਰਦੇ ਉਹ ਨਾ ਪਰਜੂਮ ਕਰ ਰਹੇ ਨੇ ਕਿ ਜੀ ਵਿਆਹ ਚੋਂ ਪੈਲਸ ਚੋਂ ਗੱਡੀ ਨਿਕਲੀ ਆ ਜੀ दारू ਪੀ ਕੇ ਜਾਣਗੇ ਅੱਗੇ ਜਾ ਕੇ ਐਕਸੀਡੈਂਟ ਹੋ ਜਾਊਗਾ ਤੇ ਆਪਾਂ ਰੋਕ ਲਈਏ ਜਦੋਂ ਤੁਸੀਂ ਪਰਜੂਮ ਕਰਦੇ ਨਾ ਜਦੋਂ ਤੁਹਾਡੇ ਕੋਲ ਗਰਾਊਂਡ ਲੈਵਲ ਤੇ ਕੋਈ ਜਾਣਕਾਰੀ ਨਹੀਂ ਹੈ ਗਰਾਊਂਡ ਲੈਵਲ ਤੇ ਤੁਹਾਡੇ ਕੋਲ ਕੋਈ ਤਜਰਬਾ ਨਹੀਂ ਹੈਗਾ ਤੁਸੀਂ ਆਪਣੇ ਖਿਆਲ ਦੇ ਕਰਦੇ ਯਾਰ ਇਹ ਵਿਆਹ ਤੇ ਇੱਥੇ ਪੈਲਸ ਹੋ ਰਿਹਾ ਵਾ ਇਹ ਤੂੰ ਸਾਰਾ दारू ਪੀ ਕੇ ਨਿਕਲ ਕੇ ਅੱਗੇ ਜਾ ਕੇ ਐਕਸੀਡੈਂਟ ਹੋ ਜਾਣਗੇ ਇਦਾਂ ਕਿਵੇਂ ਹੋ ਜਾਊਗਾ ਨਾ ਔਰ ਵਿਆਹ ਦੇ ਵਿੱਚ 90% ਲੋਕ दारू ਨਹੀਂ ਪੀਂਦੇ ਹੈਗੇ ਹਰ ਇੱਕ ਦੀ ਗੱਡੀ ਆ ਕੋਈ ਨਾ ਕੋਈ ਸਾਧਨ ਹੁੰਦੇ ਨੇ ਤੇ ਉਹ ਲੋਕੀ ਕਰ ਲੈਂਦੇ ਪਰ ਜੇ ਤੁਸੀਂ ਪਰਜੂਮ ਕਰਦੇ ਪਰਜੂਮ ਕਰਨਾ ਹਮੇਸ਼ਾ ਗਲਤ ਹੁੰਦਾ ਇਸ ਕਰਕੇ ਮੈਨੂੰ ਲੱਗਦਾ ਸਰਕਾਰ ਨੂੰ ਕਾਨੂੰਨ ਵਿਵਸਥਾ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਸਨੇਚਿੰਗ ਇੰਨੀ ਜ਼ਿਆਦਾ ਹੋ ਗਈ ਹੈ ਘਰ ਜਾ ਕੇ ਮਰਡਰ ਹੋ ਰਹੇ ਨੇ ਵਪਾਰੀਆਂ ਦੇ ਮਰਡਰ ਐਕਸਟਰਸ਼ਨ ਮਨੀ ਲਗਾਤਾਰ ਵੱਧ ਰਹੀ ਹੈਗੀ ਤੁਸੀਂ ਇੱਕ ਪਾਸੇ 36 ਦੇ ਕਰੀਬ ਜਿਹੜੇ ਗੈਂਗਸਟਰ ਜੇਲ੍ਹ ਚ ਬੰਦ ਕੀਤੇ ਉਸ ਤੋਂ ਬਾਅਦ ਵੀ ਤੁਹਾਡਾ ਕੰਟਰੋਲ ਨਹੀਂ ਹੈ ਨਸ਼ਾ ਤੁਹਾਡੇ ਪੁਲਿਸ ਵਾਲੇ ਖੁਦ ਵੇਚ ਰਹੇ ਹੈਗੇ ਨੇ ਤੇ ਤੁਸੀਂ ਪੰਗੇ ਪੁੱਠੇ ਰਹਿ ਰਹੇ ਨੇ ਮੈਰਿਜ ਪੈਲੇਸ ਦੇ ਬਾਹਰ ਖੜੋ ਜੀ ਇਹ ਜੀ ਅਨਧਿਕਾਰਤ মিডিਆ ਜੀ ਠੀਕ ਹੈ ਕੰਟਰੋਲ ਤੁਹਾਡੇ ਕੋਲ ਨਹੀਂ ਹੋ ਰਿਹਾ ਕਾਨੂੰਨ ਵਿਵਸਥਾ ਦੇ ਠੀਕ ਹੈ ਤੇ ਗੱਲਾਂ ਤੁਸੀਂ ਹਵਾ ਚ ਹੋਰ ਕੋਈ ਕਰ ਰਹੇ ਨੇ ਕਾਨੂੰਨ ਵਿਵਸਥਾ ਦੇ ਮਸਲੇ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਬੁਰੀ ਤਰ੍ਹਾਂ ਫੇਲ ਹੋਈਆਂ ਨੇ ਤੇ ਲੋਕ ਮਹਿਸੂਸ ਕਰ ਰਹੇ ਹੈਗੇ ਨੇ ਕਿ ਇਹ ਕਰ ਕੀ ਰਹੇ ਨੇ ਠੀਕ ਹੈ ਜੀ ਇਹਨਾਂ ਕੋ ਤੁਹਾਡੇ ਕੋਲ ਸੰਭਾਲ ਲੈਣੀ ਤੁਸੀਂ ਤੁਹਾਡੇ ਐਸਐਸਪੀ ਸੁੱਤੇ ਨੇ ਤੁਹਾਡੇ ਡੀਐਸਪੀ ਸੁੱਤੇ ਨੇ ਔਰ ਜਿਹੜੇ ਬੰਦੇ ਨੂੰ ਉਹਨੂੰ ਆਈ ਆ ਧਮਕੀ ਆਈ ਹੈ ਤੇ ਉਥੋਂ ਦਾ ਜਿਹੜਾ ਐਸਐਸਪੀ ਪੈਂਦਾ ਉਹਨੂੰ ਪਤਾ ਨਹੀਂ ਹੈਗਾ ਯਾਰ ਉਹ ਜਿਹੜੇ ਵਪਾਰੀ ਨੂੰ ਧਮਕੀ ਆਈ ਹੈ ਮੈਂ ਹੋਰ ਉਹਦੀ ਸਕਿਉਰਿਟੀ ਵਧਾਉਣੀ ਹੈਗੀਆ ਚੰਗ ਅੱਜ ਮੈਨੂੰ ਲੱਗਦਾ ਕਿ ਜਦੋਂ ਕੱਲ ਉਹਦਾ ਮਰਡਰ ਹੋਇਆ ਉਹ ਨੂਰ ਮੈਲ ਦੇ ਕਈ ਜਿਹੜੇ ਪੈਲਸ ਹੋਣਗੇ ਨਾ ਉੱਥੇ 100 ਬੰਦਾ ਲਾਤਾ ਹੋਣਾ ਹੈ ਉਥੋਂ ਦੇ ਐਸਐਸਪੀ ਨੇ ਉਹਨੂੰ ਵਿਚਾਰੇ ਨੂੰ ਮਰਵਾ ਦਿੱਤਾ ਹੈਗਾ ਔਰ ਕੋਈ ਇੱਕ ਬੰਦਾ ਹੈਗਾ ਸੀ ਤੇ ਇਸ ਕਰਕੇ ਸਰਕਾਰ ਨੂੰ ਫੈਸਲੇ ਉਹ ਲੈਣੇ ਚਾਹੀਦੇ ਨੇ ਜਿਨ੍ਹਾਂ ਦੀ ਕੋਈ ਵਾਕਏ ਹਕੀਕਤ ਦੇ ਵਿੱਚ ਕੋਈ ਵੈਲਿਊ ਹੋ ਗਿਆ ਇਹ ਲੈ ਰਹੇ ਨੇ ਕਲਪਨਿਕ ਫੈਸਲੇ ਫਿਲਮੀ ਫੈਸਲੇ ਲੈ ਰਹੇ ਨੇ ਤੇ ਜਦੋਂ ਤੁਸੀਂ ਫਿਲਮੀ ਫੈਸਲੇ ਲੈਂਦੇ ਆਗੇ ਨਾ ਉਹ ਫਿਲਮੀ ਫੈਸਲਿਆਂ ਦੇ ਵਿੱਚ ਕਦੀ ਕਦੀ ਵਿਲਨ ਤੇ ਮਰਦੇ ਮਰਦੇ ਨੇ ਨਾਲ ਹੀਰੋ ਵੀ ਮਰ ਜਾਂਦੇ ਆਗੇ ਨੇ ਇਸ ਕਰਕੇ ਇਹਨੂੰ ਲੱਗਦਾ ਬੈਠ ਕੇ ਸਰਕਾਰ ਨੂੰ ਵਿਚਾਰ ਕਰਨੀ ਜਿੱਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਤੇ ਦੂਰੀ ਜ਼ਿੰਮੇਵਾਰ ਗਏ ਬਤੌਰ ਮੁੱਖ ਮੰਤਰੀ ਬਤੌਰ ਗ੍ਰਹਿ ਮੰਤਰੀ ਠੀਕ ਹੈ ਹੁਣ ਪੰਜਾਬ ਦੇ ਨੂੰ ਆਓ ਫੇਰੇ ਪਾਓ ਪੰਜਾਬ ਦੇ ਪੰਜਾਬ ਦੇ ਵਿੱਚ ਗੱਲਾਂ ਕਰੋ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਦਾ ਜੁਮਾ ਭਗਵੰਤ ਮਾਨ ਕੋਲ ਹੈ ਗੁਜਰਾਤ ਲੈ ਗਏ ਨੇ ਭਾਜਪੀ ਵਾਲੇ ਐਮ ਸੀ ਆਪ ਵਾਲੇ ਲੈ ਗਏ ਹਿਮਾਚਲ ਲੈ ਗਏ ਕਾਂਗਰਸੀ ਤੇ ਪੰਜਾਬ ਤੁਹਾਨੂੰ ਅਸੀਂ ਦਿੱਤਾ ਹੈਗਾ 92 ਐਮ ਐਲ ਏ ਅਸੀਂ ਤੁਹਾਨੂੰ ਦਿੱਤੇ ਹੈਗੇ ਨੇ ਪੰਜਾਬ ਨੂੰ ਆ ਕੇ ਸਬਾਲੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਨਿੱਕੀ ਛੋਟੀਆਂ ਮੋਟੀਆਂ ਕਟਣਾਵਾਂ ਨੇ ਛੋਟੀਆਂ ਮੋਟੀਆਂ ਕਟਣਾਵਾਂ ਬਹੁਤ ਹੋ ਗਈਆਂ ਨੇ ਅਸੀਂ ਅਸੀਂ ਗੁਜਰਾਤ ਕੋ ਕੀ ਲੈਣਾ ਅਸੀਂ ਬਿਹਾਰ ਕੋ ਕੀ ਲੈਣਾ ਯੂਪੀ ਕੋ ਕੀ ਲੈਣਾ ਹੈਗਾ ਪੰਜਾਬ ਦੇ ਵਿੱਚ ਰੋਜ਼ ਇੱਕ ਪੰਜਾਬੀ ਮਰ ਰਿਹਾ ਹੈਗਾ ਜਿਹੜੇ ਗੈਂਗਸਟਰ ਮਾਰ ਰਹੇ ਨੇ ਉਹ ਤਾਂ ਤੁਹਾਨੂੰ ਫਿਕਰ ਹੋਣਾ ਚਾਹੀਦਾ ਨਾ ਕਿ ਤੁਹਾਨੂੰ ਯੂਪੀ ਬਿਹਾਰ ਦਾ ਫਿਕਰ ਹੋਣਾ ਚਾਹੀਦਾ ਕਿ ਯੂਪੀ ਦੇ ਵਿੱਚ ਕ੍ਰਾਈਮ ਜ਼ਿਆਦਾ ਹੈ ਜਾਂ ਕੇ ਉੱਥੇ ਯੂਪੀ ਰਹਿਣਾ ਹੈਗਾ ਤੇ ਮੈਨੂੰ ਲੱਗਦਾ ਇਹ ਖੋਖਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀ ਸਰਕਾਰ ਨੂੰ ਚੰਗੀਆਂ ਗੱਲਾਂ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਪੰਜਾਬੀਆਂ ਦਾ ਪਲਾਓ ਹੋਵੇ